ਕੋਰੋਨਾ ਵਾਇਰਸ ਨੇ ਪੰਜਾਬ ਤੋਂ ਬੀਕਾਨੇਰ ਲਈ ਰਵਾਨਾ ਹੁੰਦੀ ਕੈਂਸਰ ਟ੍ਰੇਨ ਤੇ ਵੀ ਬ੍ਰੇਕ ਲਾਈ ਹੈ ਅਤੇ ਖਾਸ ਕਰ ਕੈਂਸਰ ਦਾ ਗੜ੍ਹ ਬਣੀ ਹੋਈ ਮਾਲਵਾ ਪੱਟੀ ਦੇ ਸੈਂਕੜੇ ਮਰੀਜ਼ ਅੱਜ ਕੱਲ੍ਹ ਪਰੇਸ਼ਾਨ ਹਨ। ਮੁਕੰਮਲ ਲਾਕਡਾਊਨ ਦਰਮਿਆਨ ਅਬੋਹਰ ਜੋਧਪੁਰ ਐਕਸਪ੍ਰੈਸ, ਜੋ ਆਮ ਤੌਰ ਤੇ ਕੈਂਸਰ ਟ੍ਰੇਨ ਵਜੋਂ ਜਾਣੀ ਜਾਂਦੀ ਹੈ, ਉਹ ਬੰਦ ਪਈ ਹੈ। ਸੋ ਕੈਂਸਰ ਦੇ ਮਰੀਜ਼ ਬੀਕਾਨੇਰ ਜਾਣ ਲਈ ਖੱਜਲ ਖੁਆਰ ਹੋ ਰਹੇ ਨੇ। ਇਹ ਟ੍ਰੇਨ ਅਬੋਹਰ ਤੋਂ ਮਰੀਜ਼ਾਂ ਨੂੰ ਲੈ ਕੇ ਰੋਜ਼ਾਨਾ ਰਵਾਨਾ ਹੁੰਦੀ ਹੈ। ਇਸ 'ਚ ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਮੋਗਾ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਦੇ ਮਰੀਜ਼ ਪਹੁੰਚਦੇ ਹਨ। ਉਹਨਾਂ ਦੀ ਰੋਜ਼ਾਨਾ ਮੰਜ਼ਿਲ ਹੁੰਦੀ ਸੀ ਆਚਾਰੀਆ ਤੁਲਸੀ ਰੀਜਨਲ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਬੀਕਾਨੇਰ। ਹਾਲਾਂਕਿ ਬਠਿੰਡਾ 'ਚ ਐਡਵਾਂਸ ਕੈਂਸਰ ਇੰਸਟੀਚਿਊਟ ਅਤੇ ਸੰਗਰੂਰ 'ਚ ਹੋਮੀ ਬਾਬਾ ਕੈਂਸਰ ਹਸਪੀਟਲ ਦੇ ਖੁੱਲਣ ਨਾਲ ਮਰੀਜ਼ਾਂ ਦੀ ਗਿਣਤੀ ਥੋੜੀ ਘਟੀ ਹੈ, ਪਰ ਫਿਰ ਵੀ ਬੀਕਾਨੇਰ ਜਾਣ ਵਾਲਿਆਂ ਦੀ ਕਤਾਰ ਹਮੇਸ਼ਾ ਹੀ ਲੰਬੀ ਰਹੀ ਹੈ। ਮਰੀਜ਼ ਜਿਨ੍ਹਾਂ ਦਾ ਪਹਿਲਾਂ ਤੋਂ ਹੀ ਬੀਕਾਨੇਰ ਇਲਾਜ ਚੱਲ ਰਿਹਾ ਸੀ, ਉਹਨਾਂ ਨੂੰ ਇਹਨਾਂ ਕੇਂਦਰਾਂ ਵੱਲੋਂ ਮਜਬੂਰੀ ਬਸ ਬਣਨਾ ਪਿਆ ਹੈ, ਪਰ ਉਹ ਸੰਤੁਸ਼ਟ ਨਹੀਂ ਹਨ। ਫਾਜ਼ਿਲਕਾ ਦੇ ਪਵਨ ਕੁਮਾਰ ਸਿਰ ਅਤੇ ਨੱਕ ਦੇ ਕੈਂਸਰ ਤੋਂ ਪੀੜਤ ਹਨ। ਉਹਨਾਂ ਦਾ ਇਲਾਜ ਬੀਕਾਨੇਰ ਚੱਲ ਰਿਹਾ ਸੀ, ਪਰ ਹੁਣ ਕੋਈ ਚਾਰਾ ਨਹੀਂ ਬਚਿਆ ਤਾਂ ਉਹਨਾਂ ਨੇ ਬਠਿੰਡਾ ਦਾ ਰੁਖ ਕੀਤਾ, ਪਰ ਇੱਥੇ ਹਸਪਤਾਲ ਦੇ ਇੱਕ ਵੱਡੇ ਹਿੱਸੇ ਨੂੰ ਕੋਰੋਨਾ ਮਹਾਮਾਰੀ ਕਰਕੇ ਕੁਆਰੰਟੀਨ ਫੈਸਿਲਿਟੀ ਵਿੱਚ ਵਰਤਿਆ ਗਿਆ ਹੈ। ਸੋ ਉਸ ਵਰਗੇ ਮਰੀਜ਼ਾਂ ਨੂੰ ਦਿੱਕਤ ਆ ਰਹੀ ਹੈ, ਖਾਸ ਕਰ ਕੀਮੋਥੈਰੇਪੀ ਸੇਵਾ ਨਹੀਂ ਮਿਲ ਰਹੀ। ਡਾਕਟਰ ਪ੍ਰਵਿੰਦਰ ਸੰਧੂ ਇਹ ਮੰਨਦੇ ਹਨ ਕਿ ਐਡਵਾਂਸ ਕੈਂਸਰ ਇੰਸਟੀਚਿਊਟ ਬਠਿੰਡਾ ਦਾ 3rd ਫਲੋਰ ਕੋਵਿਡ ਪੇਸ਼ੈਂਟ ਲਈ ਕਰ ਦਿੱਤਾ ਗਿਆ ਹੈ। ਸੋ ਇਸ ਕਰਕੇ ਕੁਝ ਸਰਜਰੀ ਦੇ ਮਾਮਲੇ ਸਾਨੂੰ ਅੱਗੇ ਪਾਉਣੇ ਪਏ ਹਨ। ਇੱਥੇ ਸਿਰਫ ਇੱਕ ਹੀ ਐਕਸ-ਰੇ ਟੈਸਟ ਸਟੇਸ਼ਨ ਹੈ, ਉੱਥੇ ਦੋਹਾਂ ਕੈਂਸਰ ਅਤੇ ਨਾਲ ਹੀ ਕੋਵਿਡ ਪੇਸ਼ੈਂਟ ਦੇ ਐਕਸ-ਰੇ ਹੋ ਰਹੇ ਹਨ। ਸੋ ਕਦੇ ਚਿੱਟੇ ਸੋਨੇ ਨਰਮੇ ਦੀ ਕਾਸ਼ ਲਈ ਜਾਣੀ ਜਾਂਦੀ ਮਾਲਵਾ ਪੱਟੀ ਹੁਣ ਕੈਂਸਰ ਪੱਟੀ ਵਜੋਂ ਵੀ ਜਾਣੀ ਜਾਂਦੀ ਹੈ। ਬੀਕਾਨੇਰ ਲਈ ਪੰਜਾਬ ਤੋਂ ਭਰੀਆਂ ਟ੍ਰੇਨਾਂ ਰਵਾਨਾ ਹੁੰਦੀਆਂ ਹਨ, ਪਰ ਲਾਕਡਾਊਨ ਤੋਂ ਬਾਅਦ ਠੱਪ ਪਈ ਰੇਲ ਸੇਵਾ ਨੇ ਸਭ ਤੋਂ ਵੱਧ ਪ੍ਰਭਾਵਿਤ ਇਹਨਾਂ ਕੈਂਸਰ ਮਰੀਜ਼ਾਂ ਨੂੰ ਹੀ ਕੀਤਾ ਹੈ। ਕਿਸੇ ਦਾ ਇਲਾਜ ਇੱਕ ਅਹਿਮ ਪੜਾਅ ਤੇ ਪਹੁੰਚਿਆ ਹੋਇਆ ਸੀ, ਪਰ ਹੁਣ ਰੇਲ ਸੇਵਾ ਸਸਪੈਂਡ ਹੈ ਤਾਂ ਉਹ ਸੋਚ ਰਹੇ ਹਨ ਕਿ ਇਹਨਾਂ ਹਾਲਾਤਾਂ ਵਿੱਚ ਉਹ ਕਿੱਧਰ ਜਾਣ। ਕਿਸੇ ਦੀ ਸਰਜਰੀ ਹੋਣੀ ਹੈ ਤਾਂ ਕਿਸੇ ਦੀ ਕੀਮੋਥੈਰੇਪੀ, ਪਰ ਇਸ ਵੇਲੇ ਜੋ ਹਾਲਾਤ ਹਨ ਉਹਨਾਂ ਤੋਂ ਉਹ ਖੱਜਲ ਖੁਆਰ ਹੋ ਰਹੇ ਹਨ। ਲਾਕਡਾਊਨ ਦੀ ਤਾਰੀਖ ਅੱਗੇ ਦੀ ਅੱਗੇ ਪੈ ਰਹੀ ਹੈ ਤਾਂ ਨਾਲ ਹੀ ਇਹਨਾਂ ਮਰੀਜ਼ਾਂ ਦੀ ਪਰੇਸ਼ਾਨੀ ਵੀ ਵੱਧਦੀ ਜਾ ਰਹੀ ਹੈ। ਕੈਂਸਰ ਦੇ ਇਹਨਾਂ ਮਰੀਜ਼ਾਂ ਲਈ ਬੀਕਾਨੇਰ ਹੀ ਵੱਡਾ ਆਸਰਾ ਸੀ, ਜੋ ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਉਹਨਾਂ ਲਈ ਦੂਰ ਜਾਪਣ ਲੱਗਾ ਹੈ। ਮਜਬੂਰੀ ਬਸ ਪੰਜਾਬ ਵਿਚਲੇ ਦੋ ਸੈਂਟਰਾਂ ਦੇ ਇਲਾਜ ਲਈ ਜਾਣਾ ਪੈ ਰਿਹਾ ਹੈ, ਪਰ ਉੱਥੋਂ ਦੀਆਂ ਸਹੂਲਤਾਂ ਅਤੇ ਮਰੀਜ਼ਾਂ ਦੀ ਵੱਧਦੀ ਗਿਣਤੀ ਇਸ ਸਮਰੱਥ ਨਹੀਂ ਕਿ ਉਹਨਾਂ ਨੂੰ ਇਲਾਜ ਸੇਵਾਵਾਂ ਉਸ ਮਿਆਰ ਦੇ ਦੇ ਸਕੇ। ਪਹਿਲਾਂ ਹੀ ਇਸ ਨਾਮਰਾਦ ਬਿਮਾਰੀ ਨਾਲ ਸਤਾਏ ਸੈਂਕੜੇ ਮਰੀਜ਼ ਉਸ ਦਿਨ ਦੇ ਇੰਤਜ਼ਾਰ ਵਿੱਚ ਹਨ ਕਿ ਕਦੋਂ ਰੇਲ ਸੇਵਾ ਮੁੜ ਬਹਾਲ ਹੋਵੇ ਤੇ ਉਹ ਬੀਕਾਨੇਰ ਲਈ ਆਪਣੇ ਇਲਾਜ ਵਾਸਤੇ ਰਵਾਨਾ ਹੋ ਸਕਣ। ਸੋ ਕੋਰੋਨਾ ਮਹਾਮਾਰੀ ਨੇ ਹਰ ਪੱਧਰ ਤੇ ਜ਼ਿੰਦਗੀ ਨੂੰ ਅਸਰਅੰਦਾਜ਼ ਕੀਤਾ ਹੈ, ਹਰ ਕੋਈ ਪਰੇਸ਼ਾਨ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।